ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ, ਕੀ ਹਾਲ ਹੈ ਸਾਰਿਆਂ ਦਾ? ਆਈ ਹੋਪ ਕਿ ਸਾਰੇ ਠੀਕ ਠਾਕ ਅਤੇ ਵਧੀਆ ਹੀ ਹੋਣਗੇ। ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ 'ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਵਰਕ ਪਰਮਿਟ ਅਤੇ ਸ਼ੈਨਗਨ। ਵਰਕ ਪਰਮਿਟ 'ਤੇ ਆਏ ਵੀਰ ਕਿੱਦਾਂ ਮੂਵ ਹੋ ਸਕਦੇ ਪੁਰਤਗਾਲ, ਕਿਉਂਕਿ ਪੁਰਤਗਾਲ ਦੇ ਵਿੱਚ ਜਿਹੜੇ ਪੇਪਰ ਜਲਦੀ ਬਣ ਜਾਂਦੇ ਆ, ਡਾਕੂਮੈਂਟ ਛੇਤੀ ਬਣ ਜਾਂਦੇ ਆ। ਸੋ ਇਸ ਲਈ ਹਰ ਕੋਈ ਵੀਰ ਵਰਕ ਪਰਮਿਟ 'ਤੇ ਆ ਕੇ ਕਿਸੇ ਵੀ ਕੰਟਰੀ ਦੇ ਵਿੱਚ, ਇਟਲੀ ਹੋ ਗਿਆ ਜਾਂ ਪੋਲੈਂਡ ਹੋ ਗਿਆ ਜਾਂ ਹੋਰ ਕਿਸੇ ਸ਼ੈਨਗਨ ਕੰਟਰੀ ਦੇ ਵਿੱਚ ਆ ਕੇ ਉਹ ਪੁਰਤਗਾਲ ਮੂਵ ਹੋਣਾ ਚਾਹੁੰਦਾ ਵਾ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਨਵੇਂ ਬਣੇ ਆ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਾਡੀਆਂ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਅਤੇ ਨਾਲ ਦੀ ਨਾਲ ਹੀ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ, ਕਿਉਂਕਿ ਕੋਈ ਵੀ ਅਪਡੇਟ ਤੁਹਾਡੇ ਤੋਂ ਮਿਸ ਨਾ ਹੋਵੇ। ਚਲੋ ਜੀ ਸਟਾਰਟ ਕਰਦੇ ਹਾਂ। ਜਿਹੜੇ ਵੀਰ ਯੂਰਪ ਵਿੱਚ ਯਾਨੀ ਕਿ ਸ਼ੈਨਗਨ ਕੰਟਰੀ ਵਿੱਚ ਕਿਸੇ ਵੀ ਕੰਟਰੀ ਦੇ ਵਰਕ ਪਰਮਿਟ 'ਤੇ ਆਉਂਦੇ ਆ, ਜਿਵੇਂ ਇਟਲੀ ਦੇ 9 ਮਹੀਨੇ ਵਾਲੇ ਪੇਪਰਾਂ 'ਤੇ ਆਉਂਦੇ ਆ ਕਈ ਵੀਰ, ਅਤੇ ਕਈ ਵੀਰ ਜਿੱਦਾਂ ਪੋਲੈਂਡ ਹੋ ਗਿਆ, ਕਜ਼ਕ ਰਿਪਬਲਿਕ ਹੋ ਗਿਆ, ਉਹਨਾਂ ਦੇ ਵਰਕ ਪਰਮਿਟ ਮਿਲਦੇ ਆ, ਸੋ ਉੱਥੇ ਕੰਮ ਕਰਨ ਆਉਂਦੇ ਆ। ਸੋ ਉਹਦੇ ਵਿੱਚ ਜੇਕਰ ਉੱਥੇ ਉਹ ਆ ਜਾਂਦੇ ਆ ਵਰਕ ਪਰਮਿਟ ਦੇ ਉੱਤੇ, ਅਤੇ ਆਪਣਾ ਜਿਹੜਾ ਕੰਮ ਆ ਉਹ ਜਾਰੀ ਰੱਖਣ। ਜੇਕਰ ਅੱਗੇ ਉਹਨਾਂ ਦਾ ਪੇਪਰ ਉਹ ਰੀਨਿਊ ਨਹੀਂ ਹੁੰਦਾ ਵਰਕ ਪਰਮਿਟ, ਤਾਂ ਉਹ ਪੁਰਤਗਾਲ ਅੱਗੇ ਮੂਵ ਹੋ ਸਕਦੇ ਆ। ਬਾਕੀ ਹਰ ਇੱਕ ਵੀਰ ਦੀ ਅਲੱਗ ਸੋਚ ਹੁੰਦੀ ਆ, ਉਹ ਸੋਚਦਾ ਕਿ ਜਦੀ ਸਾਨੂੰ ਕੋਈ ਲੰਬੀ TRC ਕਾਰਡ ਜਾਂ ਕੋਈ ਪੇਪਰ ਵਧੀਆ ਪੱਕੇ ਮਿਲ ਜਾਣ, ਸੋ ਫਿਰ ਅਸੀਂ ਤਾਂ ਕਿ ਅੱਗੇ ਆਪਣਾ ਹੋਰ ਕੰਮ ਸਟਾਰਟ ਕਰ ਸਕੀਏ। ਸੋ ਇਸ ਲਈ ਅੱਗੇ ਵੀਰ ਉੱਥੋਂ ਵਰਕ ਪਰਮਿਟ 'ਤੇ ਜਿੱਦਾਂ ਆਏ ਆ ਉਸੇ ਟਾਈਮ ਹੀ ਮੂਵ ਹੋਣਾ ਚਾਹੁੰਦੇ ਆ, ਅਤੇ ਉਹ ਵੀ ਹੋ ਸਕਦੇ ਆ। ਜਿਵੇਂ ਕਿ ਤੁਸੀਂ ਪੋਲੈਂਡ ਦੇ ਵਿੱਚ ਜਾਂ ਇਟਲੀ ਦੇ ਵਿੱਚ ਐਂਟਰ ਹੋ ਗਏ ਜੋ 9 ਮਹੀਨੇ ਵਾਲੇ ਪੇਪਰਾਂ 'ਤੇ, ਤੁਸੀਂ ਨਹੀਂ ਉੱਥੇ ਕੰਮ ਕਰਨਾ ਚਾਹੁੰਦੇ, ਨਹੀਂ ਚਾਹੁੰਦੇ ਜੋ ਕਿ ਅਸੀਂ ਪਹਿਲਾਂ ਪੇਪਰ ਬਣਾ ਲਈਏ, ਸੋ ਇਸ ਲਈ ਤੁਸੀਂ ਅੱਗੇ ਮੂਵ ਹੋ ਸਕਦੇ ਜੋ। ਜਿਵੇਂ ਕਿ ਗੱਲ ਕਰੀਏ ਇਸ ਟਾਈਮ ਜਿਹੜਾ ਵਾ ਪੁਰਤਗਾਲ ਯੂਰਪ ਦੇ ਵਿੱਚ ਜਾਂ ਸ਼ੈਨਗਨ ਦੇ ਵਿੱਚ ਲਗਾ ਲਓ 1 ਨੰਬਰ 'ਤੇ ਚੱਲ ਰਿਹਾ ਵਾ, ਜਿਹੜਾ ਕਿ ਪੇਪਰ ਦੇਣ ਤੋਂ ਇਸ ਟਾਈਮ ਸਭ ਤੋਂ ਅੱਗੇ ਆ, ਅਤੇ ਉੱਥੇ ਤੁਸੀਂ ਮੂਵ ਹੋਣਾ ਚਾਹੁੰਦੇ ਜੋ। ਸੋ ਜੇਕਰ ਤੁਸੀਂ ਵਰਕ ਪਰਮਿਟ 'ਤੇ ਆ ਗਏ ਇਟਲੀ, ਪੋਲੈਂਡ, ਕਿਸੇ ਵੀ ਕੰਟਰੀ ਦੇ ਵਿੱਚ ਸ਼ੈਨਗਨ ਦੇ ਵਿੱਚ, ਅਤੇ ਉੱਥੋਂ ਤੁਸੀਂ ਜਿਹੜਾ ਵਾ, ਜੇਕਰ ਤੁਹਾਡੇ ਪਾਸਪੋਰਟ 'ਤੇ ਵਰਕ ਪਰਮਿਟ ਲੱਗਾ ਵਾ, ਜੇਕਰ ਕਿਸੇ ਦਾ ਪਾਸਪੋਰਟ ਕਿਸੇ ਕੰਪਨੀ ਦੇ ਵਿੱਚ ਆ, ਉਹ ਵੀ ਚਾਹੁੰਦਾ ਵਾ ਕਿ ਮੈਂ ਅੱਗੇ ਪੋਲੈਂਡ ਜਾਣਾ ਵਾ, ਪੋਲੈਂਡ ਨਹੀਂ ਪੁਰਤਗਾਲ ਜਾਣਾ ਵਾ, ਤਾਂ ਵੀ ਉਹ ਜਾ ਸਕਦਾ ਵਾ ਜੇਕਰ ਉਹਦੇ ਕੋਲ ਉਹਦਾ ਪਾਸਪੋਰਟ ਵੀ ਨਹੀਂ ਹੈਗਾ, ਅਤੇ ਕਿਉਂਕਿ ਪਾਸਪੋਰਟ ਉਹ ਦੁਬਾਰਾ ਜਾ ਕੇ ਪੁਰਤਗਾਲ ਦੇ ਵਿੱਚ ਆਪਣਾ ਇਸ਼ੂ ਕਰਵਾ ਸਕਦਾ ਵਾ। ਕਈ ਵੀਰ ਇਹ ਵੀ ਚਾਹੁੰਦੇ ਆ ਕਿ ਅਸੀਂ ਏਅਰਪੋਰਟ 'ਤੇ ਆਈਏ ਵਰਕ ਪਰਮਿਟ 'ਤੇ, ਇੱਕ ਵਾਰੀ ਸ਼ੈਨਗਨ ਦੇ ਵਿੱਚ ਐਂਟਰ ਹੋ ਜਾਈਏ, ਅਤੇ ਇਸ ਤੋਂ ਬਾਅਦ ਅਸੀਂ ਚਾਹੇ ਸਾਡਾ ਪਾਸਪੋਰਟ ਕੰਪਨੀ ਰੱਖ ਲਏ, ਅਸੀਂ ਪੁਰਤਗਾਲ ਜਾਣਾ ਵਾ ਮੂਵ ਹੋਣਾ, ਬਸ ਇੱਥੋਂ ਪੋਲੈਂਡ ਜਾਂ ਹੋਰ ਕਿਸੇ ਕੰਟਰੀ ਤੋਂ ਸ਼ੈਨਗਨ ਵਿੱਚੋਂ, ਉਹ ਵੀ ਜਾ ਸਕਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਵਰਕ ਪਰਮਿਟ 'ਤੇ ਆਏ ਆ ਉਹ ਕਿੱਦਾਂ ਮੂਵ ਹੁੰਦੇ ਆ, ਉਹ ਉੱਥੋਂ ਬਾਈ ਫਲਾਈਟ ਕਿਤੇ ਵੀ ਸ਼ੈਨਗਨ ਕੰਟਰੀ ਮੂਵ ਹੋ ਸਕਦੇ ਆ, ਜਿਵੇਂ ਕਿ ਪੁਰਤਗਾਲ, ਉੱਥੋਂ ਟਿਕਟ ਕਰਵਾ ਕੇ ਆਪਣੇ ਪਾਸਪੋਰਟ 'ਤੇ, ਕੋਈ ਵੀ ਪੁੱਛਗਿੱਛ ਨਹੀਂ ਹੈ, ਕੋਈ ਵੀ ਨਹੀਂ ਪੁੱਛਦਾ ਉੱਥੇ, ਸੋ ਤੁਸੀਂ ਟਿਕਟ ਕਰਵਾ ਕੇ ਉੱਤੇ ਆਪਣਾ ਪਾਸਪੋਰਟ ਦਿਖਾਉਣਾ, ਉਹਨਾਂ ਤੁਹਾਨੂੰ ਬੋਰਡਿੰਗ ਪਾਸ ਦੇ ਦੇਣੇ ਆ, ਅਤੇ ਤੁਸੀਂ ਉਹ ਫਲਾਈਟ ਜਿਹੜੀ ਆ ਲੈ ਕੇ ਪੁਰਤਗਾਲ ਦੇ ਵਿੱਚ ਪਹੁੰਚ ਜਾਂਦੇ ਜੋ। ਅਤੇ ਜੇਕਰ ਗੱਲ ਕਰੀਏ ਤੁਸੀਂ ਵਰਕ ਪਰਮਿਟ 'ਤੇ ਆਏ ਅਤੇ ਟੈਕਸੀ ਦੇ ਵਿੱਚ ਜਾਣਾ ਉੱਥੋਂ, ਉਹ ਵੀ ਪੋਸੀਬਲ ਆ, ਉੱਥੋਂ ਤੁਸੀਂ ਟੈਕਸੀ ਦੇ ਵਿੱਚ ਵੀ ਮੂਵ ਹੋ ਸਕਦੇ ਜੋ ਅੱਗੇ ਕਿਸੇ ਕੰਟਰੀ। ਜਿਵੇਂ ਕਿ ਇਟਲੀ ਆਏ ਤੁਸੀਂ, ਇਟਲੀ ਦੇ ਵਿੱਚੋਂ ਟੈਕਸੀ ਦੇ ਵਿੱਚ ਤੁਸੀਂ ਅੱਗੇ ਪੁਰਤਗਾਲ ਮੂਵ ਹੁੰਦੇ ਜੋ, ਅਤੇ ਉੱਥੋਂ ਟੈਕਸੀ ਲੈ ਕੇ ਤੁਹਾਨੂੰ ਪਹਿਲਾਂ ਫਰਾਂਸ ਜਾਣਾ ਪਵੇਗਾ। ਫਰਾਂਸ ਨਹੀਂ, ਮਤਲਬ ਤੁਸੀਂ ਇਟਲੀ ਦੇ ਵਿੱਚੋਂ ਟੈਕਸੀ ਲਓਗੇ, ਉਹ ਤੁਹਾਨੂੰ ਡਾਇਰੈਕਟ ਪੁਰਤਗਾਲ ਹੀ ਜਾ ਕੇ ਲਾਉਣਗੇ, ਉਹ ਜਾਣਗੇ ਵਾਇਆ ਫਰਾਂਸ, ਕਿਉਂਕਿ ਅੱਗੇ ਇਟਲੀ ਤੋਂ ਨਾਲ ਹੀ ਫਰਾਂਸ ਲੱਗਦਾ ਵਾ, ਉਸ ਤੋਂ ਅੱਗੇ ਸਪੇਨ, ਸਪੇਨ ਤੋਂ ਅੱਗੇ ਪੁਰਤਗਾਲ, ਲਾਸਟ ਦੇ ਵਿੱਚ ਪੁਰਤਗਾਲ ਲੱਗਦਾ ਵਾ। ਸੋ ਇਸ ਲਈ ਜਿਹੜਾ ਟੈਕਸੀ ਆ ਉੱਥੋਂ ਇਟਲੀ ਦੇ ਵਿੱਚੋਂ ਟੈਕਸੀ ਚੱਲਦੀ ਆ, ਡਾਇਰੈਕਟ ਜਾ ਕੇ ਤੁਹਾਨੂੰ ਪੁਰਤਗਾਲ ਹੀ ਲਾਉਂਦੀ ਆ, ਚਾਹੇ ਵਿੱਚ 1-2 ਕੰਟਰੀਆਂ ਪੈਂਦੀਆਂ ਵਾ। ਸੋ ਉਹਦਾ ਜਿਹੜਾ ਖਰਚਾ ਵਾ ਉਹ ਵੀ ਤੁਹਾਨੂੰ ਦੱਸ ਦਈਏ, ਉਹ ਇਟਲੀ ਤੋਂ ਤਕਰੀਬਨ 700-800 ਯੂਰੋ ਦੇ ਲਾਗੇ ਬੰਨੇ ਲੈ ਲੈਂਦੇ ਆ ਟੈਕਸੀ ਦਾ, ਜੇਕਰ ਤੁਸੀਂ ਮਤਲਬ ਬਿਨਾਂ ਪਾਸਪੋਰਟ ਤੋਂ ਜਾਣਾ ਵਾ, ਅਤੇ ਜੇਕਰ ਤੁਸੀਂ ਲੀਗਲ ਵੇ ਨਾਲ ਜਾਂਦੇ ਜੋ ਉੱਥੋਂ ਫਲਾਈਟ 'ਤੇ ਜਾਂ ਟ੍ਰੇਨ 'ਤੇ, ਉਹਦੇ ਵਿੱਚ ਖਰਚਾ ਤੁਹਾਡਾ ਘੱਟ ਆਉਂਦਾ ਵਾ। ਜੇਕਰ ਫਲਾਈਟ 'ਤੇ ਤੁਸੀਂ ਜਾਂਦੇ ਜੋ, ਉਹਦੇ ਵਿੱਚ ਤੁਹਾਡਾ 20-30 ਯੂਰੋ ਦੀ ਟਿਕਟ ਵੀ ਹੁੰਦੀ ਹੈ ਕਈ ਵਾਰ, ਅਤੇ ਕਈ ਵਾਰ 50-60 ਯੂਰੋ ਦੇ ਲਾਗੇ ਬੰਨੇ ਜਾਂ 100 ਯੂਰੋ, ਉਹ ਬਾਕੀ ਸਿਚੁਏਸ਼ਨ ਦੇ ਹਿਸਾਬ ਨਾਲ ਟਿਕਟਾਂ ਉੱਪਰ ਥੱਲੇ ਹੁੰਦੀਆਂ ਰਹਿੰਦੀਆਂ ਵਾਂ। ਸੋ ਇਸ ਲਈ ਟਿਕਟ ਤੁਹਾਨੂੰ ਕਾਫੀ ਸਸਤੀ ਪੈਂਦੀ ਆ, ਅਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਆ ਮੂਵ ਹੋ ਸਕਦੇ ਜੋ ਅੱਗੇ ਪੁਰਤਗਾਲ, ਜੇ ਕਿਸੇ ਵੀ ਸ਼ੈਨਗਨ ਦੇ ਕੰਟਰੀ ਦੇ ਵਿੱਚ ਤੁਸੀਂ ਵਰਕ ਪਰਮਿਟ 'ਤੇ ਆ ਚੁੱਕੇ ਜੋ। ਇਹ ਤਾਂ ਸੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇਣੀ ਸੀ,
ਤੇ ਬਾਕੀ ਕਮੈਂਟ ਜ਼ਰੂਰ ਕਰਿਓ ਕੋਈ ਹੋਰ ਇਨਫੋਰਮੇਸ਼ਨ ਦੇ ਲਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀਆਂ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ ਸਾਰੇ।